मैं दो शर्टा नू बदल बदल के पा लैना ताइयों ता मैनू तक के फीलिंग आउंदी नहीं। सो श्री अकाल बेटा, मेरे वालों भी ते जुड़े रहो मेरे पुत्र दे ब्लॉग नाल। हैंड तो लाइक शुरू तक जरूर देखना, लाइक जरूर करो, कमेंट भी दस्यो भी कैसा बना। डिग्री ने समा हो गया भाई, सवेरे दे 9:15 बजे दा ते जिम दी ड्यूटी अपनी समाप्त हो गई सी। काफ़ी टाइम दे चले गए सीगे, ते एक मित्र अपने पिंड दे नेड़े हो ते असीं गल्ली बाती भिड़े रहे ते भाई गल्लां बातां करदे रहे बैठे रहे ते तुहानूं पता ही नहीं लग्गिया पर घंटा हो गया होगा ना, 8:15 बजे दे चले गए सारे। ते भाई जस्सी नाल ही पिंड फग्गू ते बाकी ठंडा वाला माहौल भाई पूरा बनया होया गा। ते इस बार पता ही नहीं लग रहा ना कि गर्मी आई हुई है ना, उही होगा ठंड वाला माहौल जाले तक। रात नूं भी ऐ लगदा पूरी ठंड बनी हुई हैगी ते कणियां आईयां भाई, रोज ही चढ़ियां आउंदियां, पहाड़ी मौसम जिहा बणिया होएगा। ते बाकी गुड मॉर्निंग जी, सत श्री अकाल सारिआं नूं, स्वागत है अपने नवें ब्लॉग च। अज 2 मई 19 विसाख साल 2023 ते मंगलवार दा दिन आ भाई, मंगलवार ही मंगलवार ही ओह गल भी हो जांदी कि दिमाग चों गल निकल जांदी, कम उल्ट उल्ट भी हो जांदा गा। ते समाप्ती आ अपनी अज दी जिम दी ड्यूटी दी सवेरे दी। ते बाकी इधर सड़क ते भाई रंगा रंग प्रोग्राम अपना यही चलता रहिंदा, बणियां होईआं रौनकां। ਚੱਲਦੇ ਆ ਘਰਾਂ ਨੂੰ ਤੇ ਬਾਈ ਨਾਲ ਗੱਲਾਂ ਬਾਤਾਂ ਕਰੀਆਂ। ਵਾਵਾ ਟਾਈਮ ਅਸੀਂ ਜਦੋਂ 2 ਬੰਦਿਆਂ ਦੇ ਵਿਚਾਰ ਜੇ ਮਿਲਦੇ ਹੋਣ ਨਾ ਇੱਕੋ ਜੀ ਉਦੋਂ ਹੋ ਜਾਂਦਾ ਤੇ ਅਸੀਂ ਥੋੜਾ ਜਿਹਾ ਪਹਾੜਾਂ 'ਚ ਜਾ ਵੜੇ ਸੀ ਦੋਨੇ ਗੱਲਾਂ ਕਰਦੇ ਕਰਦੇ ਤੇ ਐਵਰੈਸਟ ਵੀ ਚੜਾਏ ਤੇ ਗੱਲਾਂ ਬਾਤਾਂ 'ਚ ਤੇ ਉਹੀ ਜਿਹੀਆਂ ਗੱਲਾਂ ਬਾਤਾਂ ਜਦੋਂ ਬੰਦਿਆਂ ਨੂੰ 2 ਬੰਦਿਆਂ ਦੇ ਸ਼ੌਂਕ ਇੱਕੋ ਜਿਹੇ ਹੋਣ ਉਦੋਂ ਗੱਲਾਂ ਬਾਤਾਂ ਥੋੜੀਆਂ ਲੰਮੀਆਂ ਹੋ ਜਾਂਦੀਆਂ ਨੇਗੀਆਂ। ਤੇ ਬਾਕੀ ਬਾਈ ਥੋੜ੍ਹੇ ਟਾਈਮ ਦੀ ਇੱਧਰਲੀ ਜਿੰਮ 'ਚ ਮੇਰੇ ਕੋਲ ਆਉਣ ਲੱਗਿਆ ਤੇ ਬਸ ਸਾਡੀ ਮੱਤ ਬਹੁਤ ਮਿਲ ਜਾਂਦੀ ਜਦੋਂ ਅਸੀਂ ਬਹਿ ਜਾਂਦੇ ਕਈ ਵਾਰੀ ਅੱਧਾ ਪੌਣਾ ਘੰਟਾ ਗੱਲਾਂ ਐਵੇਂ ਚੱਲੀ ਜਾਂਦੀਆਂ ਨੇਗੀਆਂ। ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ, ਐਂਡ ਤੱਕ ਲਾਜ਼ਮੀ ਦੇਖਿਓ। ਤੇ ਹੁਣ ਚੱਲਦੇ ਆ ਘਰਾਂ ਨੂੰ ਤੇ ਕਰਦੇ ਆ ਕੰਮ ਕਾਰ ਅੱਜ ਦਾ। ਤੇ ਕੱਲ ਵਾਲਾ ਜਿਹੜਾ ਆਪਣਾ ਕੰਮ ਕੱਲ ਤੇ ਛੱਡਿਆ ਸੀਗਾ ਤੇ ਉਹਦੀ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਅੱਜ ਸ਼ਾਇਦ ਮਿਲ ਜੇ ਤੇ ਉਹ ਜਿਹੜੀ ਕਣਕ ਆਪਣੇ ਘਰੇ ਪਈ ਆ ਚੱਕ ਕੇ ਸ਼ਾਇਦ ਅੱਜ ਉਹ ਮੰਡੀ 'ਚ ਪਾ ਦੇਵਾਂਗੇ ਤੇ ਸਮਾਂ ਸਬਾਈ ਕਰ ਦੇਵਾਂਗੇ। ਤੇ ਐਂਡ ਤੱਕ ਦੇਖਿਓ ਬਲੌਗ ਨੂੰ, ਲਾਈਕ ਪਹਿਲਾਂ ਹੀ ਕਰ ਦਿਓ, ਬਲੌਗ ਤੁਹਾਨੂੰ ਵਾਕਈ ਬਹੁਤ ਘੈਂਟ ਲੱਗੂ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ 'ਚ ਦਿੰਦੇ ਹਾਂਗੇ। ਤੇ ਨਵੇਂ ਚੈਨਲ 'ਤੇ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੋਲੋ ਲਾਜ਼ਮੀ ਕਰਿਓ। ਤੇ ਬਾਕੀ ਭਾਈ ਸਾਹਿਬ ਤੁਸੀਂ ਹੋਰ ਕੁਛ ਫਰਮਾਓਗੇ? ਸਿਹਤ ਪੱਖੀ ਕੋਈ ਬਸ ਵਧੀਆ ਬਾਈ, ਸਿਹਤ ਸੰਭਾਲੋ ਬਾਈ, ਕਹਿੰਦਾ ਵਧੀਆ ਵਧੀਆ ਗੱਲ ਆ। ਰੋਜ਼ ਬੰਦੇ ਜਿਹੜੇ ਜਿੰਮ ਆਉਂਦੇ ਨਾ, ਇੱਕ ਤਾਂ ਬੰਦੇ ਦਾ ਸੁਭਾਅ ਹਸਮੁੱਖ ਰਹਿੰਦਾ, ਘਰੇ ਬੰਦੇ ਕਈ ਵਾਰੀ ਚਿੜਚਿੜੇ ਹੋ ਜਾਂਦੇ ਆ ਕੰਮ 'ਚ, ਜਦੋਂ ਨਾ ਬੰਦੇ ਦਾ ਜ਼ਿਆਦਾ ਟੈਨਸ਼ਨ ਰਹਿੰਦੀ ਆ ਹਨਾ, ਬੋਝ ਬੜਾ ਹੋ ਜਾਂਦਾ ਬਈ ਦਿਮਾਗ 'ਤੇ ਨਾ ਕੰਮ ਦਾ। ਅਤੇ ਉਹੀ ਚੀਜ਼ 'ਤੇ ਇਹ ਜਿਹੜਾ ਆਪਣਾ ਖੇਡਾਂ ਵਾਲਾ ਸਿਸਟਮ ਹੁੰਦਾ ਗਰਾਊਂਡ ਦਾ ਜਾਂ ਆਪਣਾ ਜਿੰਮ ਵਾਲਾ ਇਹ ਹੁੰਦਾ ਬਈ, ਅਤੇ ਉਹ ਬੰਦੇ ਦਾ ਖੁੱਲ੍ਹਿਆ ਰਹਿੰਦਾ ਦਿਮਾਗ, ਵਧੀਆ ਐਂ ਹਾਂ ਐਕਟਿਵ ਰਹਿੰਦਾ। ਤੜਕੇ ਉੱਠ ਕੇ ਬੰਦਾ ਸਵੇਰੇ ਜਿੰਮ ਲਾ ਕੇ ਆਉਂਦਾ ਤੇ ਸਾਰਾ ਦਿਨ ਕਾਟੋ ਫੁੱਲਾਂ 'ਤੇ ਰਹਿੰਦੀ ਹੈਗੀ। ਅਤੇ ਐਤਵਾਰ ਦੀ ਲਾ ਲਓ ਬਾਈ, ਜਿਵੇਂ ਆਪਾਂ ਹੈ ਨਾ ਐਤਵਾਰ ਨੂੰ ਕਹਿੰਦੇ ਲੇਟ ਉੱਠ ਜਾਂਦੇ ਹਾਂ, ਉਹਦੇ ਮੂੰਹ ਤੋਂ ਮੱਖੀ ਨਹੀਂ ਉੱਠਦੀ ਗੀ, ਉਹਦੇ ਉਹਦੇ ਭੁੱਖ ਵੀ ਘੱਟ ਲੱਗਦੀ ਐਤਵਾਰ ਵਾਲੇ ਦਿਨ ਹੁੰਦਾ, ਸਵੇਰੇ ਜਲਦੀ ਉੱਠੇ ਹੁੰਦੇ ਹੈਗੇ ਅਤੇ ਹੁਣ ਪੂਰੀ ਐਂ ਖੋਹ ਪਈ ਜਾਂਦੀ ਹੈਗੀ। ਅਤੇ ਅੱਜ ਮੈਂ ਕੌਫੀ ਵੀ ਨਹੀਂ ਪੀ ਕੇ ਆਇਆ, ਉਹਦੇ ਕਰਕੇ ਬੜਾ ਫਰਕ ਆ ਬਈ, ਕੌਫੀ ਖੋਹ ਨਹੀਂ ਪੈਣ ਦਿੰਦੀ। ਕਈ ਬੰਦੇ ਪੁੱਛ ਲੈਂਦੇ ਆ ਬਈ ਕੌਫੀ ਦਾ ਕੀ ਫਾਇਦਾ, ਕੌਫੀ ਦੇ ਫਾਇਦੇ ਬਹੁਤ ਆ, ਨੁਕਸਾਨ ਨਹੀਂ, ਚਾਹ ਬਹੁਤ ਨੁਕਸਾਨ ਕਰਦੀ ਆ ਬਈ, ਤੇਜ਼ਾਬ ਤੱਪੇ 100 ਕੁਛ ਬਣਾਉਂਦੀ ਆ, ਪਰ ਕੌਫੀ ਦੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੁੰਦੀ ਗੀ। ਅਤੇ ਵਧੀਆ ਰਹਿੰਦੀ ਆ ਆਪਣੇ ਸਰੀਰ ਨੂੰ ਐਕਟਿਵ ਰੱਖਦੀ ਹੈਗੀ, ਫੈਟੀ ਐਸਿਡ ਰਿਲੀਜ਼ ਕਰਦੀ ਆ ਇਹ। ਅਤੇ ਕੋਈ ਕਈ ਬੰਦੇ ਕਹਿੰਦੇ ਕੌਫੀ ਨਸ਼ੇ 'ਤੇ ਲੱਗ ਜਾਂਦੇ, ਇਹੋ ਜਿਹੀ ਗੱਲਬਾਤ ਵੀ ਨਹੀਂ ਕੋਈ। ਮੈਨੂੰ 5-6 ਸਾਲ ਲਗਾਤਾਰ ਹੋ ਗਏ ਬਈ ਪੀਂਦੇ ਨੂੰ, ਅਤੇ ਮੈਂ ਕਈ ਦਿਨ ਲਗਾਤਾਰ ਵਿੱਚ ਦੀ ਪੀਂਦਾ ਵੀ ਨਹੀਂਗਾ, ਅਤੇ ਅੱਜ ਵੀ ਨਹੀਂ ਪੀ ਕੇ ਆਇਆ। ਐਂ ਲੱਗਦਾ ਨਹੀਂ ਬਾਈ ਜਦੋਂ ਪੀਂਦੇ ਨਹੀਂ ਕੋਈ? ਨਾ ਨਾ, ਜਮਾਂ ਕਦੇ ਵੀ ਇੱਕ ਵਾਰੀ ਵੀ ਐਂ ਨਹੀਂ ਲੱਗਿਆ ਕਦੇ, ਅੱਜ ਮੈਂ ਪੀ ਕੇ ਨਹੀਂ ਹੈਗਾ, ਅੱਜ ਮੈਂ ਗੱਲਾਂ ਬਸ ਦੁੱਧ ਦਾ ਗਲਾਸ ਪੀ ਕੇ ਆ ਗਿਆ ਸੀ, ਹਾਂ ਉਹੀ ਜੀ ਰਹਿੰਦਾ, ਕੋਈ ਫਰਕ ਨਹੀਂ ਪੈਂਦਾ ਗਾ। ਅਤੇ ਬਾਕੀ ਬਾਈ ਕਸਮ ਦਾ ਕਰਿਆ ਕਰੋ, ਸਵੇਰੇ ਉੱਠਿਆ ਕਰੋ, ਸਿਹਤ ਸੰਭਾਲਿਆ ਕਰੋ। ਅਤੇ ਬਾਕੀ ਬਾਹਲਾ ਗਿਆਨ ਤਾਂ ਅਸੀਂ ਦਿੰਦੇ ਨਹੀਂ ਗਏ, ਜਿੰਨਾ ਕੁ ਕੋਈ ਪੁੱਛਦਾ ਉਨਾ ਕੁ ਦੱਸ ਦਿੰਦੇ ਹਾਂਗੇ। ਅਤੇ ਕਈ ਵਾਰੀ ਪਿੰਡਾਂ ਵਾਲੇ ਆਪਣੇ ਹੁੰਦੇ ਹੈਗੇ ਥੋੜ੍ਹਾ ਜਿਹਾ ਬਹਿਸ ਕਰਨ ਵਾਲੇ ਤਰੀਕੇ ਨਾਲ ਕਿ ਜਿੰਮ ਦਾ ਕੀ ਫਾਇਦਾ ਬਈ, ਹੈ ਨਾ, ਖੇਤ ਕੰਮ ਕਰ ਲਿਆ ਕਰੋ, ਕਹਿੰਦੇ ਆ ਬਹੁਤ। ਉਹਨਾਂ ਨੂੰ ਮੈਂ ਕੁਛ ਨਹੀਂ ਕਹਿੰਦਾ, ਬਹਿਸ ਨਹੀਂ ਕਰਦਾ, ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਹੁੰਦਾ, ਤੁਹਾਡਾ ਜਿਹੜਾ ਪਿੰਡ 'ਚੋਂ ਸਭ ਤੋਂ ਵੱਧ ਕੰਮ ਕਰਦਾ ਉਹਨੂੰ ਜਿੰਮ ਲਿਆ, ਉਹ ਤੋਂ ਜਿੰਮ ਲਵਾ ਕੇ ਦਿਖਾਓ, ਅਤੇ ਨਹੀਂ ਅਸੀਂ ਜਿੰਮ ਵਾਲਾ ਬੰਦਾ ਖੇਤ ਲੈ ਜਾਈਏ, ਉਹ ਤੋਂ ਕੰਮ ਕਰਾ ਕੇ ਦੇਖੋ, ਫਰਕ ਤੁਹਾਨੂੰ ਆਪ ਪਤਾ ਲੱਗ ਜੂਗਾ। ਅਤੇ ਪਹਿਲਾਂ ਵੀ 1-2 ਵਾਰੀ ਗੱਲ ਕਰੀ ਆ ਬਈ, ਜਿਵੇਂ ਆਪਣੇ ਮਤਲਬ 6 ਮਹੀਨਿਆਂ ਬਾਅਦ ਕੰਮ ਹੁੰਦਾ, ਜ਼ਿਆਦਾ ਕੰਮ ਹੁੰਦਾ ਖੇਤ, ਹੈ ਨਾ, ਜਦੋਂ ਬੰਦੇ ਕਾ ਮੰਨ ਲਓ ਅੱਜ ਰੂੜੀ ਦੀ ਰੇਹ ਪਾ ਲਈ, ਖਰਾਰ ਲਈ ਬੰਦੇ ਤੜਕੇ, ਜਿਹੜਾ ਆਮ ਬੰਦਾ ਜਿੰਮ ਨਹੀਂ ਲਾਉਂਦਾ ਬਈ, ਉਹ ਤੜਕੇ ਉੱਠ ਕੇ ਮੋਢੇ ਗੋਢੇ ਫੜੀ ਜਾਂਦਾ ਕਿ ਮੇਰਾ ਆਹ ਦਰਦ ਹੁੰਦਾ, ਜੇ ਆਪਾਂ ਬਈ ਇੱਥੇ ਰੋਜ਼ 2 ਦਿਨ ਰੈਸਟ 'ਤੇ ਰਹਿੰਦਾ ਬਸ, ਹਾਂ, ਜਦੋਂ ਰੋਜ਼ ਆਪਾਂ ਇੱਥੇ ਜ਼ੋਰ ਲਾਉਂਦੇ ਹਾਂ ਤਾਂ ਉਹੀ ਜੀ ਗੱਲਬਾਤ, ਹਾਂ, ਫਿਰ ਉਹੀ ਜੀ ਗੱਲਬਾਤ ਨਹੀਂ ਹੁੰਦੀ ਗੀ। ਅਤੇ ਬਾਕੀ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਥੋੜ੍ਹੀਆਂ ਲੰਮੀਆਂ ਵਗ ਜਾਂਦੀਆਂ, ਅਤੇ ਬਹੁਤੇ ਭਰਾ ਪੁੱਛਦੇ ਹੁੰਦੇ ਆ ਬਈ ਕਿ ਫੈਟ ਘਟਾਉਣੀ ਆ ਬਈ, ਕੋਈ ਤਰੀਕਾ ਦੱਸ ਦਿਓ, ਕਿਸੇ ਦਿਨ ਸਪੈਸ਼ਲ ਆਪਾਂ ਐਕਸਰਸਾਈਜ਼ ਲਵਾ ਕੇ ਦੱਸ ਦਿਆਂਗੇ। ਅਤੇ ਸਮੇਂ ਦੀ ਕਮੀ ਹੋ ਜਾਂਦੀ ਹੈ ਥੋੜ੍ਹੀ ਜਿਹੀ, ਅਤੇ ਕੋਈ ਫੜਾਂਗੇ ਕਿਸੇ ਦਿਨ 2 ਬੰਦੇ, ਉਹਨਾਂ ਤੋਂ ਐਕਸਰਸਾਈਜ਼ਾਂ ਲਵਾ ਕੇ ਥੋੜ੍ਹਾ ਜਿਹਾ ਤਰੀਕਾ ਤੁਹਾਨੂੰ ਦੱਸ ਦਿਆਂਗੇ, ਕੋਈ ਬਹੁਤੀ ਲੰਮੀ
ਤੇ ਜਿਹਦਾ ਵੀ ਵਧੀਆ ਫਰਕ ਵੀ ਚੰਗਾ ਪਿਆ ਹੋਵੇ ਬਈ ਬੰਦਾ ਫਿਰ ਮੋਟੀਵੇਟ ਹੋ ਕੇ ਦੱਸਦਾ ਤੁਹਾਡੇ ਪਿੰਡ ਵਾਲਾ ਗੱਗੂ ਅੱਛਾ ਕਿੰਨਾ ਹੁੰਦਾ ਸੀਗਾ ਇੱਕ ਕੁਆਂਟਲ ਉਹ ਮੇਲਾ ਦਾ 15-15 ਕਿਲੋ ਦੇ ਨੇੜੇ ਹੁੰਦਾ ਉਹ ਤੇ ਉਹੀ ਬੰਦਾ ਹੁਣ 80 ਕਿਲੋ ਆ ਬਈ ਉਹਨੇ 3 ਮਹੀਨਿਆਂ 'ਚ ਪੂਰਾ ਜਮਾਂ ਘਟਾਤਾ ਸੀਗਾ ਵੇਟ ਤੇ 3 ਮਹੀਨਿਆਂ 'ਚ ਉਹਨੇ 20 ਕਿਲੋ ਦੇ ਲਵੇ ਘਟਾਇਆ ਸੀਗਾ रोज दो दिन बी आया नहीं अज थोड़ा उपर आए लग्या भी चलते घरे करते काम कर बधाने जिम बाकी गल बात ਇਹ ਆ ਭਾਈ ਜੁੜੇ ਰਹੋ ਤੇ ਤਤੀਆਂ ਠੰਡੀਆਂ ਗੱਲਾਂ ਸਾਰੀਆਂ ਆਪਾਂ ਆਪਣਾ ਦਿਨ ਚਾਰੇ ਆਪਣੀ ਸ਼ੇਅਰ ਕਰਦੇ ਰਹਿੰਦੇ ਹਾਂ ਤੁਹਾਡੇ ਨਾਲ ਤੇ ਪਹਿਲਾਂ ਆਪਣੇ ਸ਼ਟਰ ਵਾਲੇ ਡਾਊਨ ਕਰ ਦਈਏ ਬਾਏ ਬਾਏ ਜਿਮ ਮਿਲਦੇ ਹਾਂ ਸ਼ਾਮ ਨੂੰ ਤੇ ਜਿਮ ਨੂੰ ਵੀ ਬਾਏ ਬਾਏ ਕਰਕੇ ਜਾਈਦੇ ਆ ਕਿਵੇਂ ਮਿੱਤਰਾ ਠੀਕ ਆ ਠੀਕ ਹੈ ਵਧੀਆ 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 ਮਜ਼ਾ ਠੰਡੀਆਂ ਜਿਮ 'ਚੋਂ ਹੋਰ ਹੋਰ ਅਤੇ ਸਵੇਰੇ ਭਾਈ ਲੱਗੀਆਂ ਹੋਈਆਂ ਰੌਣਕਾਂ ਛੱਪੜਾਂ 'ਤੇ ਮੱਝਾਂ ਠੰਡੀਆਂ ਕਰੀ ਜਾਂਦੇ ਆ ਟੈਂ 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 ਹੋਰ ਤਾਇਆ ਪੂਰਾ ਠੀਕ ਆ ਮੂੰਗੀ ਬੀਜਤੀ ਮੂੰਗੀ 'ਤੇ ਸਪਰੇਅ ਵੀ ਕਰਤੀ ਇੱਕ ਹਾਂ ਪੂਰੀ ਸੋਹਣੀ ਉੱਗਰੀ ਆ ਵਧੀਆ ਕੀ ਹਾਲ ਆ ਪੱਪੂ ਮਾਨ ਮੂੰਗੀ ਲੱਗਦਾ ਹੋਊਗੀ ਠੀਕ ਆ ਮੂੰਗੀਆਂ ਹਨਾ ਐਤਕੀ ਵਧੀਆ ਵਾ ਮੂੰਗੀਆਂ ਬਹੁਤ ਸੋਹਣੀ ਹੋਈ ਆ ਸੋਹਣੀ ਆ ਅਤੇ ਇੱਕ ਐਤਕੀ ਗੇਤੀਆਂ ਬੀਜ ਲਈਆਂ ਸਾਰਿਆਂ ਨੇ ਉਹਦੇ ਖੜ੍ਹੇ ਖਰਚਿਆਂ 'ਚ ਉਹ ਠੀਕ ਰਹਿੰਦੀ ਆ ਤਾਇਆ ਹਾਂ ਬਾਹੀ ਹੋਈ ਲੋਟ ਨਹੀਂ ਰਹਿੰਦੀ ਉਨੀ ਹਾਂ ਪੱਪੂ ਕੀ ਬੀਜੂ ਆ ਨਰਮਾ ਬੀਜਤਾ ਕਿੱਦਾਂ ਰੌਣੀ ਕਰਤੀ ਚਲੋ ਭਾਈ ਸਾਡੇ ਗਵਾਂਢ 'ਚ ਵੀ ਕੋਈ ਬੀਜ ਨਰਮਾ ਬੀਜੂਗਾ ਤੇ ਪੱਪੂ ਤੋਂ ਪਹਿਲੀ ਵਾਰ ਸੁਣਿਆ ਤੇ ਇੱਥੋਂ ਭਾਈ ਨਰਮਾ ਬੀਜੀਗਾ ਹੋਰ ਤਾਂ ਲਗਭਗ ਕੋਈ ਨਹੀਂ ਬੀਜ ਰਿਹਾ ਗਾ ਤਿਉਂ ਸੋਹਣੀ ਗੱਲ ਆ ਹੋ ਵੀ ਸਕਦਾ ਨਰਮਾ ਪੱਪੂ ਕੋਈ ਪਤਾ ਨਹੀਂ ਹੈ ਹਾਂ ਠੀਕ ਆ ਭਾਈ ਤੇ ਕਰੋ ਗੱਲਾਂ ਬਾਤਾਂ ਤੁਸੀਂ ਤੇ ਇੱਧਰ ਪਾਪੀ ਪੇਟ ਵੀ ਚੂਹੇ ਦੌੜੀ ਜਾਂਦੇ ਆ ਗੱਲਾਂ ਕਰੀ ਜਾਂਦਾ ਕਹਿੰਦਾ ਮੈਨੂੰ ਕਿਹੜੇ ਵੇਲੇ ਰੋਟੀ ਖਵਾਏਗਾ ਜਾ ਕੇ ਅਤੇ ਦੱਸ ਘਰਾਂ ਨੂੰ ਵਾਪਸ ਹੋ ਲਏ ਅਤੇ ਸਾਹਮਣੇ ਇੱਕ ਮੁੰਡਾ ਖੜ੍ਹਾ ਥੋੜ੍ਹਾ ਜਿਹਾ ਹਲਕਾ ਹਲਕਾ ਜਿਹਾ ਸੰਗੀ ਜਾਂਦਾ ਉਹ ਅਤੇ ਕੈਮਰੇ ਤੋਂ ਥੋੜ੍ਹਾ ਜਿਹਾ ਡਰਦਾ ਹਲਕਾ ਜਿਹਾ ਬਣਾ ਲਾਂ ਵੀਡੀਓ ਨਾ ਬਣਾਵਾਂ ਚੱਲ ਨਹੀਂ ਬਣਾਉਂਦਾ ਯਾਰ ਚੱਲ ਨਹੀਂ ਬਣਾਉਂਦਾ ਘੈਂਟ ਹੈ ਲਵੇੜਲੇ ਕੰਮ ਕਰ ਸਤਿ ਸ਼੍ਰੀ ਅਕਾਲ ਬਾ ਦੇ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਣੀ ਨਹੀਂ ਠੀਕ ਆ ਬਾਈ ਠੀਕ ਹੈ ਹੈ ਸਹੀ ਆ ਭਾਈ ਬਾਈ ਦੀ ਬਾਈ ਦਾ ਨਾਂ ਗੱਗੀ ਅਤੇ ਸਤਿ ਸ਼੍ਰੀ ਅਕਾਲ ਇਹਦੀ ਮਨਜ਼ੂਰ ਕਰ ਲਿਓ ਹਾਂ ਅਤੇ ਪਿੱਛੇ ਇੱਕ ਹੋਰ ਚੋਬਰ ਨਿਕਲਿਆ ਆਉਂਦਾ ਗਾ ਅਤੇ ਭਾਈ ਸਾਹਿਬ ਸ਼੍ਰੀ ਲਾਡੀ ਸਿੰਘ ਜੀ ਆਪ ਗੱਗੂ ਪਾ ਲਿਆ ਟਰਾਲੀ ਤੇ ਆਹ ਹਿਸਾਬ ਕਿਤਾਬ ਰਹਿੰਦਾ ਸੀ ਅਤੇ ਕੁਛ ਗੱਗੂ ਪਾਈ ਫਿਰਦਾ ਕਣਕ ਵਿੱਚ ਅਤੇ ਕੁਛ ਆਹ ਪਾਉਣੀਆਂ ਚੱਕ ਕੇ ਬਸ 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 ਰੋਕ ਲਾ ਰੋਕ ਲਾ ਰੋਕ ਲਾ ਅਤੇ ਜਿਮ ਤੋਂ ਤਾਂ ਆ ਗਿਆ ਮੈਂ ਪਰ ਪ੍ਰਸ਼ਾਦਾ ਪਾਣੀ ਹਲੇ ਛਕਿਆ ਨਹੀਂ ਤਾਂ ਸਮਾਂ ਹੋ ਗਿਆ 9:40 ਦਾ ਵਾਹਵਾ ਲੇਟ ਹੋ ਗਿਆ ਆਉਂਦੇ ਆਉਂਦੇ 9:30 ਕਰਤੇ ਸੀ ਮੈਂ ਬਾਹਰੋਂ ਅਤੇ ਇੱਧਰ ਤਾਏ ਭਾਈ ਆਪ ਟਰੈਕਟਰ ਚੱਕੀ ਫਿਰਦਾ ਤਾਏ ਕਰੀ ਲਾਈਕ ਸ਼ੇਅਰ ਝੋਟਾ ਮੂਸੇ ਵਾਲਾ ਕਹਿੰਦਾ ਹੈ ਕੋਈ ਹੋਰ ਚੱਲ 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 ਤੇ ਆਹ ਬੱਕਲੀਆਂ ਮੈਂ ਉੱਥੇ ਰੱਖਿਆ ਮੈਂ ਤੌੜੀ ਕੋਲੇ ਕਿ ਬਾਅਦ ਚ ਪਿਆਉਂਗੇ
ਠੀਕ ਆ ਭਾਈ ਤੇ ਚੱਕ ਤੇ ਦਾਣੇ ਆਪਣੇ ਇੱਥੋਂ ਪਾ ਦੇ ਟਰਾਲੀ ਜਿੰਨੇ ਕੁ ਪਾਉਣੇ ਸੀਗੇ ਤੇ ਹਿਸਾਬ ਕਿਤਾਬ ਲਿਖੇ ਜੋਖੇ ਕਰਤੇ ਓਕੇ ਆ ਗੰਦੋਲੀ ਤੇ ਰੱਖ ਦੇਣਾ ਮੇਸੇ ਠੀਕ ਹੈ ਤੇ ਇੱਕ ਭਾਈ ਵੀਰ ਦਾ ਮੈਸੇਜ ਆਇਆ ਸੀਗਾ ਸੁਨੇਹਾ ਮਾਤਾ ਵਾਸਤੇ ਕਿ ਬਾਈ ਅਰਵਿੰਦ ਚਹਿਲ ਨੇ ਮੰਮੀ ਸਤਿ ਸ੍ਰੀ ਅਕਾਲ ਬਾਈ ਤੁਹਾਡੇ ਵਾਸਤੇ ਸਤਿ ਸ੍ਰੀ ਅਕਾਲ ਬੇਟਾ ਮੇਰੇ ਵੱਲੋਂ ਵੀ ਤੇ ਜੁੜੇ ਰਹੋ ਮੇਰੇ ਪੁੱਤ ਦੇ ਬਲੌਗ ਨਾਲ ਹੈਂਡ ਤੋਂ ਲੈ ਕੇ ਸ਼ੁਰੂ ਤੱਕ ਜਰੂਰ ਦੇਖਣਾ ਲਾਈਕ ਜਰੂਰ ਕਰੋ ਕਮੈਂਟ ਵੀ ਦੱਸਿਓ ਵੀ ਕੈਸਾ ਬਣਿਆ ਕੈਸਾ ਬਣਿਆ ਤੇ ਧੰਨਵਾਦ ਭਾਈ ਅਰਵਿੰਦ ਚਹਿਲ ਤੇ ਬਾਕੀ ਵੀਰਾਂ ਭੈਣਾਂ ਦਾ ਵੀ ਧੰਨਵਾਦ ਜਿਹੜੇ ਸਾਥ ਦੇ ਰਹੇ ਨੇ ਤੇ ਇਧਰੋਂ ਮੁੰਡਾ ਸਾਡਾ ਨਾਂਗਾ ਤੜਕੇ ਤੇ ਫਿਰਦਾ ਗੱਡੀਆਂ ਲਈ ਤੇ ਮੈਂ ਤੇ ਹੁਣ ਵਾਰੀ ਆ ਗਈ ਇਹਨਾਂ ਨੂੰ ਪਾਣੀ ਧਾਣੀ ਪਿਆਉਣ ਦੀ ਤੇ ਲੇਟੀਆਂ ਪੇਟੀਆਂ ਖਾ ਕੇ ਤੇ ਬੱਠਲ ਰੱਖੇ ਪਏ ਨੇ ਚਮਕਾ ਕੇ ਪਾਣੀ ਪਈਏ ਕਿਹਨੂੰ ਕਿਹੜੀਆਂ ਨੂੰ ਪਿਆ ਦਿੰਦੇ ਚੱਲ ਫਿਰ ਭਰ ਫਿਰ ਬਾਲਟੀ ਭਰ ਫਿਰ ਬਾਲਟੀ ਛੇਤੀ ਕਰ ਡਿਗਰੀ ਨਾ ਓਏ ਬਾਲਟੀ ਦੇਖ ਥੱਲੇ ਬਾਲਟੀ ਭਰ ਗਈ ਗੁਰੂ ਲਟਕਾ ਇਹ ਕੰਮ ਬਹੁਤ ਕਰਾਉਂਦਾ ਮੇਰੇ ਨਾਲ ਕੀ ਚੱਕ ਲਾ ਐ ਕੀ ਇਕੱਲਾ ਚੱਕ ਲਾ ਕਿਉਂ ਵਧੀਆ ਇੱਜ਼ਤ ਮਾਣ ਨਾਲ ਕਹਿ ਚੱਕ ਲੈ ਨਾ ਪੁੱਤਰ ਲੈ ਕੁੜੇ ਕਿਹੜੀ ਮੱਝ ਠੀਕ ਆ ਮੈਂ ਤਾਂ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਨਾ ਨਾ ਪਹਿਲਾਂ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਨਾ ਮੈਂ ਤਾਂ ਆਹਾ ਆਉਂ ਹੁਣ ਸੁਣਾ ਦੇ ਸਿੱਧੂ ਮੂਸੇਵਾਲੇ ਦਾ ਗਾਣਾ ਉਹ ਸੁਣਾ ਦੇ ਦਸ ਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ ਉਹ ਸੁਣਾਈ ਇਹ ਫੇਰ ਭਰਾਂਗੇ ਪਹਿਲਾਂ ਗਾਣਾ ਸੁਣਾ ਚੱਕੀ ਤਾਂ ਗਈ ਇੱਧਰ ਚੱਕੀ ਉਹ ਉਹ ਗਾਣਾ ਦਸ ਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ ਚੰਗਾ ਭਲਾ ਹੱਸਦਾ ਸੀ ਮੌਨ ਕਾਸਟ ਤੋਂ ਜਿਹੜੇ ਤੇਰੇ ਦਰਵਾਜੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸਟ ਤੋਂ ਅੱਛਾ 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 ਗਾਇਕ ਸੀ ਸਿੱਧੂ ਮੂਸੇਵਾਲਾ ਕਹੇ ਜੀ ਗਾਣੇ ਗਾਉਂਦਾ ਸੀਗਾ ਵਧੀਆ ਗਾਣੇ ਗਾਉਂਦਾ ਸਿੱਧੂ ਮੂਸੇਵਾਲਾ ਥਾਪੀ ਮਾਰਦਾ ਹੁੰਦਾ ਉਹ ਬੱਲੇ ਇੱਕ ਥਾਪੀ ਮਾਰ ਕੇ ਦਿਖਾ ਦੇ ਫਿਰ ਤੂੰ ਵੀ ਥਾਪੀ ਥਾਪੀ ਮਾਰ ਫਿਰ ਮੈਂ ਬਾਲਟੀ ਚੱਕਣੀ ਆ ਇੱਕ ਥਾਪੀ ਹੋਰ ਇੱਥੇ ਇੱਕ ਲਾਈਕ ਕਰ ਦਿਓ ਤਾਜ ਦੀ ਥਾਪੀ ਦੇ ਨਾਂ 'ਤੇ ਤੂੰ ਵੀ ਕਹਿ ਦੇ ਸਾਰਿਆਂ ਨੂੰ ਲਾਈਕ ਕਰਨ ਨੂੰ ਕਹਿ ਦੇ ਮੇਰੀ ਥਾਪੀ ਲਾਈਕ ਕਰ ਦਿਓ ਕਹਿ ਦੇ ਐਂ ਕਰਕੇ ਐਂ ਕਹਿ ਫੇਰ ਕਰਨਗੇ ਜਦੋਂ ਤੂੰ ਬਾਲਟੀ ਚੱਕੂ ਹਾਂ ਚੱਕੀ ਗਈ ਤੂੰ ਤਕੜਾ ਹੋ ਗਿਆ ਐਂ ਕਰਕੇ ਕਹਿ ਫੇਰ ਕਰਨਗੇ ਲਾਈਕ ਐਂ ਅੰਗੂਠਾ ਕਰਕੇ ਇੱਧਰ ਜਾ ਕੇ ਕੈਮਰੇ ਬੰਨੀ ਚੰਗਾ ਮਾਸ ਤੋਰਿਆ ਲਿਆ ਭਰ ਲਾ ਬਾਲਟੀ ਉਹਦੀ ਹੁਣ ਦੇਖਿਓ ਇਹ ਬਾਲਟੀ ਲਾ ਕੇ ਨਵੀਂ ਨਾ ਲਾ ਲਾ ਬਾਲਟੀ ਲਾ 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 ਪੂਰਾ ਹੱਥ ਪਟਾਉਂਦਾ ਹੁੰਦਾ ਕੰਮ 'ਚ ਇਹ ਬਸ ਮੇਰੇ ਆਉਂਦੇ ਨੂੰ ਬਾਲਟੀ ਭਰ ਕੇ ਰੱਖਦਾ ਮੈਂ ਬਾਲਟੀਆਂ ਨਾਲ ਪਾਣੀ ਪਿਆਉਣਾ ਮੱਝਾਂ ਨੂੰ ਚੈੱਕ ਠੀਕ ਆ ਭਰ ਲਈ ਆਪਦੀ ਜ਼ਿੰਮੇਵਾਰੀ ਨਾਲ ਚੱਕੀ ਜਾਂਦੀ ਆ ਨਹੀਂ ਨਹੀਂ ਡੁੱਲਦੀ ਕੋਈ ਨਾ ਲੈ ਕੋੜੇ ਪੀ ਲਾ ਨਾਲੇ ਫੋਟੋ ਲਿਖਾ ਲੈ ਇੱਕ ਚੈੱਕ ਕੋਈ ਨਾ ਵੱਡੀ ਲਿਆਉਣਾ ਮੰਮੀ ਲਿਖਾ 'ਚ ਪਾ ਦਿਆਂ ਤਾਜ਼ਾ ਪਾਣੀ ਇਹਦੇ 'ਚ ਆਓ ਚੱਲੀਏ ਬਸ ਪੀ ਲਿਆ ਮੱਝਾਂ ਨੇ ਪਾਣੀ ਹਾਂ ਹਜੇ ਹੁਣ ਜਾਂਦੇ ਹੋਗੇ ਕਿਹੜੇ ਵੇਲੇ ਦੀ ਤਿਆਰੀ ਕਰੀ ਆ ਤੁਸੀਂ ਤਿਆਰੀ ਤਾਂ ਫਿਰ ਖੜ ਗਈ ਯਾਰ ਠੀਕ ਹੈ ਅਤੇ ਆ ਭਾਈ ਮੁੰਡਿਆਂ ਨੂੰ ਤੋਰ ਤਾਂ ਆਪਾਂ ਮੰਡੀ 'ਚ ਦਾਣੇ ਪਾਉਣ ਵਾਸਤੇ ਅਤੇ ਗੱਟੇ ਹੀ ਗੱਟੇ ਇੱਥੋਂ ਤਾਂ ਐਂ ਲੱਗਦਾ ਗੱਟਿਆਂ ਦੀ ਟਰਾਲੀ ਭਰੀ ਹੁੰਦੀ ਆ ਇਕੱਲੀ ਠੀਕ ਆ ਭਾਈ ਹੈਂ ਗੱਟੇ ਬੰਨੇ ਭਾਈ ਸੂਤ ਐਂ ਸੂਤ ਆ ਕੰਮ ਚਲੋ ਚੰਗਾ ਫਿਰ ਅਤੇ ਦਾਸਾਂ ਦਾ ਰੈਸਟ ਕਰਨ ਦਾ ਟਾਈਮ ਆ ਥੋੜ੍ਹਾ ਜਿਹਾ ਸਮਾਂ ਹੋ ਗਿਆ 11 ਵਜੇ ਦੇ ਲਵੇ ਅਤੇ ਉਹ ਭਾਈ ਹਾਂ ਆਉਂਦਾ ਅਤੇ ਉਹ ਉੱਧਰ ਪਿੱਛੇ ਭਾਈ ਜਿਵੇਂ ਕਣਕ ਪਈ ਹੈ ਸੜਕ 'ਤੇ ਖਿਲਾਰ ਦਿੰਦੇ ਆਊਗੇ ਡਲੀਆਂ ਡੁਲੀਆਂ ਨਿਕਲ ਜਾਂਦੀਆਂ ਵਿੱਚ ਉਹ ਕੰਮ ਗਲਤ ਹੋ ਜਾਂਦਾ ਅਤੇ ਉਹਦੇ 'ਚ ਮੋਟਰਸਾਈਕਲ ਸਾਈਕਲ ਇਹ ਚੀਜ਼ਾਂ ਸਲਿੱਪ ਹੁੰਦੀਆਂ ਹੁੰਦੀਆਂ ਅਤੇ ਇਹੀ ਥਾਂ ਤੋਂ ਭਾਈ ਥੋੜ੍ਹਾ ਜਿਹਾ ਬਚ ਕੇ ਲੰਘਿਆ ਕਰੋ ਅੱਜ ਕੱਲ੍ਹ ਪਿੰਡੋ ਪਿੰਡੀ ਸੜਕ 'ਤੇ ਕਣਕ ਖਿਲਾਰ ਦਿੰਦੇ ਆ ਕਿ ਇਹ ਚਾਰ ਉਹ ਕਰ ਲਾਂਗੇ ਪਿੱਛੋਂ ਝਾੜ ਲਾਂਗੇ ਚਲੋ ਅਸੀਂ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ ਗੱਲ ਕਈ ਵਾਰੀ ਵਿਚਲ ਜਾਂਦੀ ਆ ਅਤੇ ਪਾਣੀ ਤਾਂ ਪਿਆ ਤਾਂ ਬਾਈ ਅੰਦਰ ਬੰਨਤੀਆਂ ਸਾਰੀਆਂ ਅਤੇ ਮਾਤਾ ਖਾਲੀ ਬਾਲਟੀਆਂ ਚੱਕੀਆਂ ਦੇ ਅਤੇ ਮੈਂ ਭਾਈ ਬਾਲਟੀਆਂ ਨਾਲ ਪਾਣੀ ਪਿਆਉਣਾ ਹੁੰਦਾ ਅਤੇ ਨਾਲੇ ਆਪਦੀ ਤੰਦਰੁਸਤੀ ਨਾਲੇ ਸਾਡੀਆਂ ਮੱਝਾਂ ਨੂੰ ਛੇਤੀ ਪਾਣੀ ਪੈ ਜਾਂਦਾ ਅਤੇ ਇੱਕ ਥਾਂ ਜਦੋਂ ਬੱਠਲ 'ਤੇ ਲਾਉਂਦੇ ਖੋਲ੍ਹ ਕੇ ਉੱਥੇ ਫਿਰ ਉੱਥੇ ਚੋ ਉੱਜੇ ਕਰੀ ਜਾਂਦੀ ਜਾਂਦੇ ਘੰਟਾ ਘੰਟਾ ਇੱਕ ਨੂੰ ਖੋਲ੍ਹ ਕੇ ਲਾਈ ਜਾਂਦੇ ਨੇ ਕਿੰਨਾ ਚਿਰ 'ਚ ਤੁਰ ਕੇ ਜਾਂਦੇ ਅਤੇ ਆਪਦੇ ਬਾਲਟੀ ਜਾ ਕੇ ਰੱਖੀ ਭਰੀ ਉਲਟਾਈ ਅਤੇ ਹੁਣ ਥੋੜ੍ਹਾ ਟਾਈਮ ਆਰਾਮ ਕਰਦੇ ਹਾਂ
आ गया ओए आ गया तूड़ी दी पंट लेके जट आ गया ओ किन्नी की भुख लगी है कुड़े बाबा लगी है तेनू कुड़े बस पंजा मिंटा च रले दिसूगा ते अज भाई मैं थोड़ा जिहा लेट हो गया नीरा जरा पौन तीन बज के दो तीन मिनट हो गए की मम्मी ते माता श्री उधर खल पाई जांदे ते माता ड्यूटी खल ते ला लैंदे हुंदे आ ते मैनू ऐ कह दिंदे आ कि तू भाई किसी नूं वध घट पा दिंदा गा ते मैं मेरी गल ये भाई मैं दरिया ती घट रख दिंदा नाल ते मैं सारियां नूं इक्को जिहा कम्म कर दिंदा कई वारी ते ऐ लगदा चल वी है हाँ फर्क तो हों माता ना 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 खाण वास्ते खिलारन वास्ते नहीं है ये बड़ी गंदी आ तेन चांदी का संकल्प पवाता तू खुश हो जा नवा संकल्प आया होया गा ना मम्मी इन्हों की पा दौ खड़ पहला इन काल हुई भी है खाऊ करा तो भाई मैं तूड़ी पंडा ना ही पाँना उन्हें पहला भी कई बार दस्या गा तो मैं कई साल किन्ने साल हो गए हूँ तो रलाद तो जो आप रोज़ रलाने तो आपको पता ही लग जाता भाई किन्नी कु पंडा हो गए तो किन्नी कु टोकरे हो गए कि टोकरियाँ पा दी खाल आ गई भाई दो मिनट खड़ जा कुड़े आ गया बस हाँ जी वह उंगला उ मेरे मूहे उंगल उंगला बारे कर वेरी गुड भी आ जाए सीख गई मम्मी तो मम्मी भाई कैमरा गर्ल बना था कैमरा लेडी माता श्री अंग्रेज कौर उर्फ क्यों तू बेचो पाला बेच बोली अदा मेरी गल बेच ही रहेगी हाँ हाँ मम्मी नो भाई कैमरा लेडी बनाता माता श्री अंग्रेज कौर उर्फ गामो भाई पेके वाला ना ते ये भाई साड़ी सन्नी तूड़ी जिहड़ी खा रहा उन्हें साडे एरिए कल सन्नी सन्नी बोलते हैं इन्हू जब बोल देंगे भाई नीरा पाने गे तो मैं सन्नी भाई बड़ी गिली नहीं करता गा ਅਤੇ ਮਾਤਾ ਹੋਰੀਆਂ ਭਾਈ ਰੰਬ ਦਿੰਦੇ ਰਹਿੰਦੇ ਕਿ ਤੂੰ ਸੰਨੀ ਨਹੀਂ ਜ਼ਿਆਦਾ ਗਿੱਲੀ ਕਰ ਸੰਨੀ ਸੁੱਕੀ ਰੱਖ ਰਹਾਂਗਾ ਅਤੇ ਵੈਸੇ ਜਿਵੇਂ ਡਾਕਟਰ ਵੀ ਕਹਿੰਦੇ ਆ ਬਈ ਸੰਨੀ ਬਾਹਲੀ ਗਿੱਲੀ ਨਹੀਂ ਕਰਨੀ ਚਾਹੀਦੀ ਗੀ ਅਸੀਂ ਫਟਾਫਟ ਕੰਮ ਸੋਕੇ ਜਿਹੜੇ ਬੋਰਡ ਮਾਹੌਲ ਹੋ ਗਿਆ ਅਤੇ ਮੈਨੂੰ ਲੱਗਦਾ ਪਾਣੀ ਜ਼ਿਆਦਾ ਪੈ ਗਿਆ ਗੱਲਾਂ ਗੱਲਾਂ 'ਚ ਕਿਤੇ ਕਮੈਂਟ ਕਰੀ ਜਾਊ ਬਈ ਸੰਨੀ ਆਪਦੀ ਤਾਂ ਦੇਖ ਲੈ ਹੈ ਨਾ ਮੰਮੀ ਨਹੀਂ ਲੋਟਾ ਲੋਟਾ ਜੈ ਕਰੀ ਓਕੇ ਜਿਹੜੇ ਬੋਰਡ ਮਾਹੌਲ ਹੋ ਗਿਆ ਅਸੀਂ ਬਾਕੀਆਂ ਨੂੰ ਰਲਾ ਦਿੰਦੇ ਅਤੇ ਹੁਣ ਕੈਮਰਾ ਚਾਰਜ ਤੇ ਲਾ ਲਿਆ ਤੇ ਆ ਭਾਈ ਸਾਡੀ ਬੱਚੀ ਦੇ ਮੂੰਹ ਤੇ ਆਹ ਗੁੰਮਾ ਹੋ ਗਏ ਸਾਨੂੰ ਤਾਂ ਇਹ ਐਂ ਸੀਗਾ ਪਹਿਲਾਂ ਵੀ ਇਹ ਗਾਲਾ ਗੂਲਾ ਜਮ੍ਹਾਂ ਕਰਦੀ ਆ ਇੱਕ ਦੋ ਬੰਦਿਆਂ ਤੋਂ ਪੁੱਛਿਆ ਵੀ ਕਹਿੰਦੇ ਇਹ ਤਾਂ ਕੁਛ ਚੱਕਰ ਨਹੀਂ ਤਾਂ ਉਹੀ ਹੋ ਜਾਂਦਾ ਕਿ ਵੀਰੇ ਗਾਲਾ ਜਮ੍ਹਾਂ ਕਰ ਲੈਂਦੀ ਆ ਕੱਲ੍ਹ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਬਈ ਇਹ ਤਾਂ ਮੂੰਹ ਦੀ ਬਿਮਾਰੀ ਹੁੰਦੀ ਆ ਅਤੇ ਉਹ ਦਵਾਈ ਲੈ ਗਿਆ ਸੀਗਾ ਅਤੇ ਆਹ ਵਾਲੀ ਕੀ ਹੈ ਸਪਰੇਅ ਕਰਨੀ ਹੁੰਦੀ ਇਹਦੀ ਇਹਦੇ ਉੱਤੇ ਸਪਰੇ ਮਾਰ ਕੇ ਸੇਕਾ ਲਾਈ ਉਹ ਥੋੜਾ ਥੋੜਾ ਇੱਕ ਦੋ ਦਿਨਾਂ ਚ ਠੀਕ ਹੋ ਜੂਗੀ ਰਾਮਦਾਰੀ ਆਉਂਦੀ ਮੰਮੀ ਇਹਨੂੰ ਹਨਾ ਠੀਕ ਆ ਨਹੀਂ ਮਾਰਦੀ ਨਹੀਂ ਮਾਰਦੀ ਨਹੀਂ ਮਾਰਦੀ ਕੁਛ ਨਹੀਂ ਕਹਿੰਦੀ ਤੇ ਆਹ ਇੱਥੇ ਰੱਖਦੇ ਆ ਮੰਮੀ ਮਾਰਨੀ ਦੁਬਾਰੇ ਸਪਰੇ ਜ਼ਿਆਦਾ ਥੱਲੇ ਪਈ ਚੱਕਾ ਤੇ ਖੈਰ ਆਪਾਂ ਨਹਾ ਧੋ ਲਿਆ ਤੇ ਮੌਸਮ ਐਂ ਆ ਭਾਈ ਬੱਦਲ ਜੇ ਬੱਦਲਾਂ ਦਾ ਆਹ ਟਾਈਮ ਪੱਕਾ ਹੀ ਆ ਭਾਈ ਇਹ ਤਿੰਨ ਸਾਢੇ ਤਿੰਨ ਵਜੇ ਰੋਜ਼ ਹੁੰਦੇ ਹੀ ਹੁੰਦੇ ਆ ਤੇ ਧੁੱਪ ਤਾਂ ਕਈ ਦਿਨ ਹੋ ਗਏ ਨਾ ਮਾਤਰੀ ਹੁੰਦੀ ਤੜਕੇ ਸੂਰਜ ਦਾ ਨਿਕਲ ਤਾਂ ਆਉਂਦਾ ਗਾ ਤੇ ਖੈਰ ਮਾਹੌਲ ਠੰਡਾ ਰਹਿੰਦਾ ਹਵਾ ਠੰਡੀ ਆ ਅਤੇ ਥੋੜ੍ਹਾ ਟਾਈਮ ਆਰਾਮਦਾਰੀ ਕਰਦੇ ਹਾਂ ਫਿਰ ਜਾਵਾਂਗੇ ਜਿੰਮ ਵਾਸਤੇ ਮੈਂ ਦੋ ਸ਼ਰਟਾਂ ਨੂੰ ਬਦਲ ਬਦਲ ਕੇ ਪਾ ਲੈਣਾ ਤਾਂ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਹੀਂ ਦੋ ਸ਼ਰਟਾਂ ਹੁਣ ਭਾਵੇਂ ਇੱਕ ਸ਼ਰਟ ਹੋਵੇ ਜਦੋਂ ਬੰਦੇ ਦਾ ਮਨ ਸੰਤੁਸ਼ਟ ਹੋ ਜਾਂਦਾ ਨਾ ਉਦੋਂ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਟਾਈਮ ਆਉਂਦਾ ਬੰਦਾ ਜਦੋਂ ਉਧੜਿਆ ਪਾਟਿਆ ਝੀਟਿਆ ਨਹੀਂ ਪਾਉਂਦਾ ਚਲਾ ਚਲਾ ਮਾਰਦਾ ਅਤੇ ਫਿਰ ਇੱਕ ਟਾਈਮ ਆਉਂਦਾ ਜਦੋਂ ਬੰਦੇ ਨੂੰ ਥੋੜ੍ਹੀ ਦੁਨੀਆਦਾਰੀ ਸਮਝ ਆ ਜਾਂਦੀ ਆ ਤਾਂ ਉਦੋਂ ਪਤਾ ਲੱਗਦਾ ਇਹਨਾਂ ਗੱਲਾਂ ਦਾ ਕਿ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਬਾਕੀ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵਧੀਆ ਸਪੋਰਟ ਕਰਦਾ ਮਿੱਤਰ ਪਿਆਰਾ ਕਹਿੰਦਾ ਬਈ ਬਾਕੀ ਤਾਂ ਸਾਰਾ ਕੁਛ ਘੈਂਟ ਹੁੰਦਾ ਟੋਪੀ ਨਾ ਲਿਆ ਕਰ ਅਤੇ ਫਿਰ ਕੰਮ ਸਹੀ ਆ ਅਤੇ ਵੀਰ ਦੀ ਗੱਲ ਮੰਨ ਕੇ ਅੱਜ ਮੈਂ ਟੋਪੀ ਨਹੀਂ ਲਈ ਉਹ ਮੈਂ ਬਈ ਜਿੰਮ 'ਚ ਜਾਂਦਾ ਤਾਂ ਲੈ ਜਾਂਦਾ ਉਹਨਾਂ ਵਾਲ ਇੱਕ ਮਹਿਸ਼ ਦੀ ਪੂਛ ਵਰਗੇ ਹੋ ਰਹੇ ਹੈਗੇ ਅਤੇ ਤਾਂਹੀਓ ਕੰਮ ਇਹੋ ਜਿਹਾ ਹੋ ਰਿਹਾ ਸੀਗਾ ਅਤੇ ਬਾਕੀ ਬੱਦਲਾਂ ਦਾ ਦਬਦਬਾ ਕਈ ਦਿਨਾਂ ਦਾ ਬਣਿਆ ਹੋਇਆ ਅਤੇ ਸੂਰਜ ਹੋ ਰਹੇ ਭਾਈ
लुके हुए ने, सूरज का बाह नहीं चल रहा है, तो सूरज अपनी ड्यूटी तो परे सुता रहा है। तो फिलहाल समा हो गया अपनी जिम की ड्यूटी का, तो समाप्त करते हैं अपना ब्लॉग अज्ज दा। इत्थे उम्मीद करते हैं तुहानू वधिया लग्गिया होगा, लाइक लाजमी करो, चैनल पर नवे आए हो सबसक्राइब कर लो, फेसबुक पर देख रहे हो तो पेज में फॉलो जरूर कर लियो, तो ही दोस्तों मित्रों के रिश्तेदारों शेयर जरूर कर दो वीडियो में, तो जुड़े रहो इस तरह प्यार से सपोर्ट बनाई रखो। धन्यवाद सारे वीरां भैणां दा, मिलते हैं कल नवें ब्लॉग के नाल। सत श्री अकाल जी सारयां नूं।